ਅਸੀਂ ਸਾਰੇ ਜਾਣਦੇ ਹਾਂ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰੀ ਦੁਨੀਆ ਵਿੱਚ ਇਸ ਪੁਰਬ ਨੂੰ ਬਹੁਤ ਉਮਾਹ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਸੋ ਇਸੇ ਪ੍ਰਸੰਗ ਵਿੱਚ, ਇਸੇ ਲੜੀ ਵਿੱਚ ਹਰਪ੍ਰੀਤ ਸੰਧੂ ਹੋਰਾਂ ਨੇ ਇੱਕ ਬਹੁਤ ਖੂਬਸੂਰਤ ਕੌਫੀ ਟੇਬਲ ਬੁੱਕ ਦਾ ਸੁਪਨਾ ਲਿਆ, ਉਹਦਾ ਸੰਕਲਪ ਤਿਆਰ ਕੀਤਾ, ਫੋਟੋਗ੍ਰਾਫ ਖਿੱਚੀਆਂ ਅਤੇ ਐਸ ਐਸ ਮਰਵਾਹਾ ਜੀ ਦੇ ਸਹਿਯੋਗ ਨਾਲ, ਉਹਨਾਂ ਦੀ ਅਗਵਾਈ ਵਿੱਚ ਪੋਲਿਊਸ਼ਨ ਬੋਰਡ ਵੱਲੋਂ ਇਹਦਾ ਪ੍ਰਕਾਸ਼ਨ ਕੀਤਾ ਗਿਆ ਇਸ ਪੁਸਤਕ ਦਾ। ਸੋ ਬਹੁਤ ਖੂਬਸੂਰਤ ਕਿਤਾਬ ਕੌਫੀ ਟੇਬਲ ਬੁੱਕ ਹੈ। ਤੋ ਇਸਦੀ ਖੂਬਸੂਰਤੀ ਇਹ ਹੈ ਕਿ ਇਹਦੇ ਵਿੱਚ ਜੋ ਵਿਲੱਖਣ ਗੱਲ ਹੈ ਉਹ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ, ਉਹਨਾਂ ਦੇ ਜੀਵਨ ਦੀ ਪਾਵਨ ਯਾਤਰਾ ਨੂੰ, ਜੋ ਉਹਨਾਂ ਦੇ ਨਾਲ ਸੰਬੰਧਿਤ ਪਾਵਨ ਸਥਾਨ ਨੇ, ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੀਆਂ ਤਸਵੀਰਾਂ ਦੀ ਮਾਰਫਤ ਪੂਰੇ ਉਹਨਾਂ ਦੇ ਜੀਵਨ ਨੂੰ ਇਸ ਪੁਸਤਕ ਵਿੱਚ ਆਪਾਂ ਚਿੱਤਰਿਆ ਹੋਇਆ ਦੇਖ ਸਕਦੇ ਹਾਂ ਬਹੁਤ ਸੰਖੇਪ ਵਿੱਚ। ਕਿ ਉਹਨਾਂ ਦੇ ਜਨਮ ਸਥਾਨ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਤੋਂ ਸਭ ਤੋਂ ਲੈ ਕੇ ਚਾਂਦਨੀ ਚੌਂਕ, ਫਿਰ ਸੀਸਗੰਜ, ਅਕਾਲ ਬੁੰਗਾ, ਕਿ ਪੂਰੇ ਜੋ ਜੋ ਸਥਾਨ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਨੇ, ਉਹਨਾਂ ਦੀਆਂ ਤਸਵੀਰਾਂ ਨੇ ਇਹਦੇ ਵਿੱਚ, ਨਾਲ ਉਹਨਾਂ ਦਾ ਸੰਖੇਪ ਇਤਿਹਾਸ ਹੈ। ਸੋ ਇੱਕ ਤਰ੍ਹਾਂ ਅਸੀਂ ਬਹੁਤ ਥੋੜ੍ਹੇ ਸਮੇਂ 'ਚ ਇੱਕ ਤਰ੍ਹਾਂ ਅਸੀਂ ਵੀ ਇੱਕ ਮੁਕੰਮਲ ਯਾਤਰਾ ਕਰ ਲੈਂਦੇ ਹਾਂ ਉਹਨਾਂ ਦੇ ਜੀਵਨ, ਉਹਨਾਂ ਦੀਆਂ ਪਾਵਨ ਪੈੜਾਂ ਦੇ ਪਿੱਛੇ ਪਿੱਛੇ। ਸੋ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਰਪ੍ਰੀਤ ਸੰਧੂ ਹੋਰਾਂ ਨੂੰ ਔਰ ਐਸ ਐਸ ਮਰਵਾਹਾ ਜੀ ਨੂੰ, ਜਿਨ੍ਹਾਂ ਨੇ ਬਹੁਤ ਦਰਿਆਦਲੀ ਨਾਲ ਇਸ ਦਾ ਪ੍ਰਕਾਸ਼ਨ ਔਰ ਬਹੁਤ ਖੂਬਸੂਰਤ ਪ੍ਰਕਾਸ਼ਨ ਕੀਤਾ। ਇਹਦੀ ਜਿਹੜੀ ਜੋ ਇਹਦੀ ਦਿੱਖ ਹੈ ਉਹ ਵੀ ਬਹੁਤ ਸੋਹਣੀ ਤਿਆਰ ਕੀਤੀ ਗਈ ਆ ਔਰ ਇੱਕ ਬਹੁਤ ਔਰ ਖੂਬੀ ਦੀ ਗੱਲ ਹੈ ਕਿ ਬਹੁਤ ਢੁਕਵੇਂ ਸਮੇਂ 'ਤੇ 1 ਮਈ ਨੂੰ ਇਸ ਇਹ ਕਿਤਾਬ ਪੁਸਤਕ ਰਿਲੀਜ਼ ਕੀਤੀ ਗਈ ਔਰ ਪਾਵਨ ਸਥਾਨਾਂ 'ਤੇ ਪਹੁੰਚਾਈ ਗਈ। ਸੋ ਇਹਨਾਂ ਦਿਨਾਂ ਵਿੱਚ ਜਦੋਂ ਕਿ ਅਸੀਂ ਸਾਰੇ ਇੱਕ ਬਹੁਤ ਜਿਹੜੀ ਜਿਸਨੂੰ ਅਸੀਂ ਮਹਾਂਮਾਰੀ ਦੇ ਨਾਮ 'ਤੇ ਜਾਣਦੇ ਹਾਂ, ਉਹਨਾਂ ਉਸ ਦੌਰ 'ਚੋਂ ਲੰਘ ਰਹੇ ਹਾਂ, ਉਸ ਕਠਿਨ ਦੌਰ ਵਿੱਚ ਵੀ ਇਹ ਸਾਰੀ ਪੋਥੀ ਨੂੰ ਤਿਆਰ ਕਰਨਾ ਇੱਕ ਬਹੁਤ ਉੱਦਮ ਦਾ, ਪੌਰਖ ਦਾ ਕੰਮ ਹੈ ਜੋ ਕਿ ਸੱਚੇ ਪਾਤਸ਼ਾਹ ਨੇ ਆਪ ਹੀ ਕਰਵਾਇਆ। ਸੋ ਮੈਂ ਇੱਕ ਵਾਰੀ ਫਿਰ ਸੰਧੂ ਜੀ ਨੂੰ ਔਰ ਮਰਵਾਹਾ ਜੀ ਨੂੰ ਖਾਸ ਤੌਰ 'ਤੇ ਇਸ ਪੋਥੀ ਦੇ ਪ੍ਰਕਾਸ਼ਨ 'ਤੇ ਹਾਰਦਿਕ ਮੁਬਾਰਕਬਾਦ ਦਿੰਦਾ ਔਰ ਮੈਂ ਸਮਝਦਾ ਕਿ ਇਹ ਪੁਸਤਕ ਨੂੰ ਹਰ ਜਗ੍ਹਾ ਇਹ ਮੌਜੂਦ ਹੋਣੀ ਚਾਹੀਦੀ ਆ। ਇਹਦੇ 'ਚੋਂ ਸਾਡੇ ਬੱਚੇ ਵੀ ਔਰ ਹਰ ਉਮਰ ਦੇ ਜੋ ਪਾਠਕ ਨੇ ਇਹ ਇਸ ਤੋਂ ਲਾਹਾ ਲੈ ਸਕਦੇ ਆ ਔਰ ਚਾਨਣਾ ਲੈ ਸਕਦੇ।
ਸਾਹਿਬ।